ਗੱਲ ਕੈਨੇਡਾ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਹਾਂ ਤਾਂ ਬਹੁਤ ਸਾਰੇ ਸਵਾਲ ਵੇਟਿੰਗ ਨੂੰ ਲੈ ਕੇ ਕਿ ਆਖਿਰ ਕਿਉਂ ਰਿਜ਼ਲਟਸ ਥੋੜ੍ਹੇ ਵੇਟਿੰਗ 'ਚ ਚੱਲ ਰਹੇ ਨੇ, ਰਿਫਿਊਜ਼ਲਸ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਕਿ ਰੀਜ਼ਨਸ ਦੇਖੇ ਜਾ ਰਹੇ ਨੇ, ਚਾਹੇ ਕਿ ਆਪਾਂ ਦੇਖ ਰਹੇ ਹਾਂ ਬੜੇ ਪੋਜ਼ਿਟਿਵ ਰਿਜ਼ਲਟ ਨੇ, ਪਰ ਜਿਹੜੀ ਰਿਫਿਊਜ਼ਲਸ ਆ ਰਹੀਆਂ ਨੇ ਉਹਨਾਂ ਨੂੰ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਸਟੂਡੈਂਟਸ ਜਿਹੜੇ ਅਪਲਾਈ ਕਰ ਰਹੇ ਨੇ ਕਮਿੰਗ ਇਨਟੇਕਸ ਦੇ ਵਿੱਚ ਉਹ ਵੀ ਸਹੀ ਜਾਣਕਾਰੀ ਦੇ ਨਾਲ ਅੱਗੇ ਵਧਣ ਅਤੇ ਆਪਣਾ ਪ੍ਰੋਸੈਸ ਜੋ ਹੈ ਸਹੀ ਢੰਗ ਨਾਲ ਕੰਪਲੀਟ ਕਰ ਸਕਣ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਖਾਸ ਗੱਲਾਂ ਖਾਸ ਪੁਆਇੰਟਸ ਤੁਹਾਨੂੰ ਅੱਜ ਸਮਝਾਉਣਗੇ ਕ੍ਰੀਏਟਿਵ ਫਿਊਚਰ ਕੰਸਲਟੈਂਟਸ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਗੁਰਪ੍ਰੀਤ ਜੀ, ਕੈਨੇਡਾ ਦੀ ਜਿੱਥੇ ਗੱਲ ਹੈ ਤਾਂ ਅੱਜ ਕੱਲ੍ਹ ਬਹੁਤ ਸਾਰੇ ਸਵਾਲ ਵੇਟਿੰਗ ਨੂੰ ਲੈ ਕੇ ਵੀ ਨੇ, ਡਿਲੇ ਕਿਉਂ ਚੱਲ ਰਿਹਾ ਹੈ, ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਰਿਜ਼ਲਟ ਆਉਣ ਵਿੱਚ ਡਿਲੇ ਹੋ ਰਿਹਾ, ਔਰ ਦੂਸਰਾ ਵੱਡਾ ਸਵਾਲ ਇਹ ਹੈ ਕਿ ਜਿੱਥੇ ਅਸੀਂ ਦੇਖਦੇ ਹਾਂ ਕਿ SDS ਕੈਟਾਗਰੀ ਨੂੰ ਲੈ ਕੇ ਬਹੁਤ ਹੀ ਲੀਨੀਅੰਟ ਆਲਰੇਡੀ ਕੈਨੇਡਾ ਹੋ ਚੁੱਕਿਆ, ਤਾਂ ਇਸ ਵਿਚਕਾਰ ਜਿਹੜੀ ਰਿਫਿਊਜ਼ਲਸ ਆ ਰਹੀਆਂ ਨੇ ਉਹਨਾਂ ਦੇ ਰੀਜ਼ਨਸ ਕੀ ਨੇ, ਕਿਹੜੀਆਂ ਪ੍ਰੋਫਾਈਲਸ 'ਤੇ ਰਿਫਿਊਜ਼ਲ ਦੇਖੀ ਜਾ ਰਹੀ ਹੈ? ਹਰਜੋਤ ਜੀ, ਸਭ ਤੋਂ ਵੱਡੀ ਗੱਲ ਹੈ ਕਿ ਸਟੂਡੈਂਟ ਦਾ ਜਿਹੜਾ ਸਵਾਲ ਹੈ ਕਿ ਦੋ ਮੁਲਕਾਂ ਦੇ ਵਿੱਚ ਜਿਹੜੀ ਚੀਜ਼ਾਂ ਸੀਗੀਆਂ ਉਹ ਸੈਟਲ ਡਾਊਨ ਹੋਈਆਂ ਕਿ ਨਹੀਂ ਹੋਈਆਂ, ਉਹਦੇ ਉੱਤੇ ਆਪਾਂ ਤਾਂ ਗੱਲ ਕਰੀਏ ਜੇ ਸਾਡੇ ਸਟੱਡੀ ਵੀਜ਼ਾ ਦੇ ਉੱਤੇ ਜਾਂ ਸਾਡੇ ਸਟੂਡੈਂਟ ਦੇ ਉੱਤੇ ਕੋਈ ਇਫੈਕਟ ਆ ਰਿਹਾ ਹੋਵੇ, ਅਤੇ ਇਹ ਮੈਂ ਬੱਚਿਆਂ ਦਾ ਜਵਾਬ ਦੇਣਾ ਚਾਹੁੰਦੀ ਹਾਂ ਕਿ ਸਾਡੇ ਸਟੂਡੈਂਟ ਸਾਡੇ ਸਟੱਡੀ ਵੀਜ਼ਾ ਦੇ ਉੱਤੇ ਕੋਈ ਇਫੈਕਟ ਨਹੀਂ ਹੈ। ਜੋ ਦੋ ਮੁਲਕਾਂ ਦੇ ਵਿੱਚ ਗੱਲਬਾਤ ਹੈ ਉਹ ਦੋ ਮੁਲਕਾਂ ਦੇ ਵਿੱਚ ਹੀ ਹੈਗੀ ਆ, ਕੋਈ ਜਾਣ 'ਤੇ ਪਾਬੰਦੀ ਨਹੀਂ ਹੈ, ਕੋਈ ਸਟੂਡੈਂਟ ਵੀਜ਼ਾ ਦੇ ਉੱਤੇ ਇਫੈਕਟ ਨਹੀਂ ਆਇਆ, ਬਲਕਿ ਮੋਰ ਟੂ ਮੋਰ ਵੀਜ਼ਾਸ ਜਿਹੜੇ ਆ ਅਸੀਂ ਇਸ ਟਾਈਮ ਕੈਨੇਡਾ ਦੇ ਗ੍ਰਾਂਟ ਕਰਵਾ ਰਹੇ ਹਾਂ। ਬਹੁਤ ਅੱਛਾ ਸਕਸੈਸ ਰੇਟ ਜੋ ਕਿ 2-4 ਸਾਲਾਂ ਦੇ ਵਿੱਚ ਅਸੀਂ ਦੇਖਿਆ, ਸਭ ਤੋਂ ਜ਼ਿਆਦਾ ਸਕਸੈਸ ਰੇਟ ਇਸ ਟਾਈਮ ਅਸੀਂ ਕੱਢ ਪਾ ਰਹੇ ਹਾਂ, ਜਦੋਂ ਦਾ 60 PT ਸਕੋਰ ਔਰ ਓਵਰਆਲ 6, 2 ਚੋਂ 5.5 ਅਤੇ 1 ਚੋਂ 5.5 'ਤੇ ਵੀਜ਼ਾ ਜਿਹੜੇ ਇਸ ਟਾਈਮ SDS ਕੈਟਾਗਰੀ 'ਚ ਅੰਡਰ ਆਉਣ ਦੇ ਬਾਅਦ ਜੋ ਵੀਜ਼ਾ ਸਕਸੈਸ ਰੇਟ ਮਿਲਿਆ ਉਹ ਅੱਜ ਤੱਕ ਅਸੀਂ ਨਹੀਂ ਦੇਖਿਆ ਸੀਗਾ। ਅਗਲੀ ਗੱਲ ਕਰਾਂ ਕਿ ਵੀਜ਼ਾ ਦੇ ਨਾਲ ਨਾਲ ਜਿਹੜੇ ਬੱਚੇ ਰਿਫਿਊਜ਼ ਹੋ ਰਹੇ ਨੇ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ। ਜਿੰਨਾ ਵੀ ਲਾਈਵ ਸੈਸ਼ਨ ਮੈਂ ਲਏ ਨੇ, ਜਿੰਨੇ ਬੱਚੇ ਮੈਨੂੰ ਮੇਰੇ ਤੋਂ ਕਾਉਂਸਲਿੰਗ ਲੈ ਕੇ ਗਏ ਨੇ, ਜਿੰਨੇ ਬੱਚਿਆਂ ਨੂੰ ਮੈਂ ਡੀਲ ਕੀਤਾ ਹੁਣ ਤੱਕ, ਉਹ ਸਾਰੇ ਬੱਚੇ ਇਸ ਟਾਈਮ ਜਿੰਨੀ ਵੀ ਮੈਂ ਇਹਦੇ ਵਿੱਚ ਕੱਢਿਆ, ਮੇਰਾ ਪੁਆਇੰਟ ਆਫ ਵਿਊ ਹੈ ਕਿ ਇਹ ਬੱਚੇ ਜਿਹੜੇ ਰਿਫਿਊਜ਼ ਆ, ਸਭ ਤੋਂ ਪਹਿਲਾਂ ਤਾਂ ਆਪਣੀ ਟਿਊਸ਼ਨ ਫੀਸ ਪੇ ਨਾ ਕਰਨ ਦੇ ਰੀਜ਼ਨ ਨਾਲ ਰਿਫਿਊਜ਼ ਨੇ, ਦੂਸਰੀ ਗੱਲ ਆ ਪ੍ਰੋਪਰ ਆਪਣੀ ਬੈਂਕਿੰਗ ਜਿਹੜੀ ਆ ਉਹ ਮੈਨੇਜ ਨਹੀਂ ਹੈ, ਜਿਹਦੇ ਵਿੱਚ ਤੁਹਾਡਾ ਲਿਵਿੰਗ ਐਕਸਪੈਂਸ ਪਲੱਸ 1 ਸਾਲ ਦੀ ਟਿਊਸ਼ਨ ਫੀਸ ਹੋਣੀ ਚਾਹੀਦੀ ਆ ਉਹ ਪ੍ਰੋਪਰਲੀ ਨਹੀਂ ਹੈ। ਅਤੇ ਇਹ ਦੋ ਚੀਜ਼ਾਂ ਦਾ ਬੱਚੇ ਇਸ ਟਾਈਮ ਖਾਸ ਧਿਆਨ ਰੱਖਣ, ਇੱਕ ਤਾਂ ਟਿਊਸ਼ਨ ਫੀਸ ਪੇ ਕਰਨ, ਇੱਕ ਆਪਣੀ 6 ਮੰਥ ਦੀ ਜਿਹੜੀ ਬੈਂਕਿੰਗ ਦੇ ਰਹੇ ਉਹਦੇ ਵਿੱਚ ਪ੍ਰੋਪਰ ਟਿਊਸ਼ਨ ਫੀਸ ਐਂਡ ਪ੍ਰੋਪਰ 1 ਸਾਲ ਦੀ ਟਿਊਸ਼ਨ ਫੀਸ ਔਰ ਉਹਦੇ ਵਿੱਚ ਪ੍ਰੋਪਰ 2 ਈਅਰ ਦੇ ਤੁਹਾਡੇ ਲਿਵਿੰਗ ਐਕਸਪੈਂਸ ਹੋਣੇ ਚਾਹੀਦੇ ਨੇ। ਅਤੇ ਨਾਲ ਦੀ ਨਾਲ ਪੈਕੇਜ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨਾ ਚਾਹੀਦਾ ਬੱਚਿਆਂ ਨੂੰ। ਮੈਂ ਨਹੀਂ ਕਹਿ ਰਹੀ ਪੈਕੇਜ ਮਾੜਾ ਹੈ ਜਾਂ ਕੁਛ ਵੀ ਹੈ, ਪਰ ਸਿਸਟਮੈਟਿਕਲੀ ਤਰੀਕੇ ਨਾਲ ਸਿਸਟਮ ਨੂੰ ਫੋਲੋ ਕਰਦੇ ਜੇ ਅਪਲਾਈ ਕਰੋ ਤਾਂ ਬਹੁਤ ਹੀ ਵਧੀਆ ਗੱਲ ਆ। ਪੈਕੇਜ ਦੇ ਵਿੱਚ ਕੀ ਆ, ਟਿਊਸ਼ਨ ਫੀਸ ਆਫਟਰ ਵੀਜ਼ਾ ਦੇਣੀ ਆ, GIC ਤੋਂ ਤੁਹਾਨੂੰ ਕਰਨਾ ਹੀ ਪੈਣਾ, ਬੈਂਕਿੰਗ ਵੀ ਦੇਣੀ ਪੈਣੀ ਆ, ਅਤੇ ਉਹੀ ਤੁਹਾਡੀ ਟਿਊਸ਼ਨ ਫੀਸ ਜਿਹੜੀ 6 ਲੱਖ ਆ ਉਹ ਪੈਕੇਜ ਤੁਹਾਨੂੰ 12-15 ਲੱਖ ਦਾ ਮਿਲ ਰਿਹਾ ਮਾਰਕੀਟ 'ਚ। ਇਸ ਚੀਜ਼ ਨੂੰ ਥੋੜ੍ਹਾ ਜਿਹਾ ਸਟੂਡੈਂਟ ਨੂੰ ਸਮਝਣ ਦੀ ਅਤੇ ਅਵੇਅਰਨੈਸ ਦੀ ਬੱਚੇ ਨੂੰ ਜ਼ਰੂਰਤ ਹੈ। ਅਗਲੀ ਮੈਂ ਗੱਲ ਕਰਾਂ ਹਰਜੋਤ ਜੀ, SOP ਦੇ ਉੱਤੇ ਮੇਜਰ ਵਰਕ ਕਰਨ ਦੀ ਜ਼ਰੂਰਤ ਹੈ ਸਟੂਡੈਂਟ ਨੂੰ, ਔਰ ਕੋਰਸਿਸ ਦੇ ਉੱਤੇ ਵੀ ਬੱਚੇ ਨੂੰ ਵਰਕਆਊਟ ਕਰਨ ਦੀ ਜ਼ਰੂਰਤ ਹੈ। ਔਨ ਡਿਮਾਂਡ ਲਿਸਟ ਕੋਰਸਿਸ ਦੇਖੇ, ਰੈਲੇਵੈਂਸੀ ਦੇਖੇ, ਰੈਲੇਵੈਂਟ ਕੀ ਆ, ਆਪਣੀ ਸਪੈਸ਼ਲਾਈਜੇਸ਼ਨ ਦੇਖੇ, ਆਰਟਸ ਵਾਲਾ ਬੱਚਾ ਆਪਣੀ ਸਪੈਸ਼ਲਾਈਜੇਸ਼ਨ ਦੇਖੇ, BCOM ਜਿਹੜਾ ਬੱਚਾ ਕਰਨ ਜਾ ਰਿਹਾ ਹੈ ਜਾਂ ਬੱਚਾ ਬੈਚਲਰ ਆਫ ਸਾਇੰਸ ਕਰਨ ਜਾ ਰਿਹਾ ਹੈ, ਬੱਚੇ ਆਪਣੀ ਸਪੈਸ਼ਲਾਈਜੇਸ਼ਨ ਦੇਖਣ ਕਿ ਕਾਹਦੇ ਵਿੱਚ ਸਾਡੀ ਸਪੈਸ਼ਲਾਈਜੇਸ਼ਨ ਹੈ, ਕਿਹੜੇ ਸਬਜੈਕਟ 'ਚੋਂ ਅੱਛੇ ਨੰਬਰ ਨੇ, ਕਿਹੜੇ ਸਬਜੈਕਟ ਸਾਡਾ ਬਹੁਤ ਅੱਛਾ ਇੰਟਰਸਟ ਹੈ, ਉਸ ਦੇ ਹਿਸਾਬ ਨਾਲ ਆਪਣੀ ਸਪੈਸ਼ਲਾਈਜੇਸ਼ਨ ਕੱਢ ਕੇ ਆਪਣੀ ਐਡਮਿਸ਼ਨਸ ਪੁੱਟ ਔਨ ਕਰਨ। ਐਡਮਿਸ਼ਨ ਦੇ ਬੇਸ ਦੇ ਉੱਤੇ ਹੀ ਤੁਹਾਡਾ ਜਿਹੜਾ ਅਗਲਾ ਫਿਊਚਰ ਹੈ, ਉਹ ਕੋਰਸ ਦੀ ਸਿਲੈਕਸ਼ਨ ਦੇ ਉੱਤੇ ਤੁਹਾਡਾ ਫਿਊਚਰ ਹੈ। ਔਰ ਇੱਕ ਧਿਆਨ 'ਚ ਜ਼ਰੂਰ ਰੱਖੋ, PR ਲੈਣ ਦੇ ਲਈ ਆਪਣਾ ਕ੍ਰਾਈਟੀਰੀਆ ਜ਼ਰੂਰ ਦੇਖੋ ਕਿ ਕਿੱਥੇ ਮੀਟ ਕਰ ਰਿਹਾ, ਉੱਥੇ ਅਪਲਾਈ ਕਰੋ ਤਾਂ ਕਿ ਕੱਲ੍ਹ ਦੇ ਦਿਨ ਤੁਹਾਨੂੰ PR ਲੈਣ ਦੇ ਵਿੱਚ ਕੈਨੇਡਾ ਦੇ ਵਿੱਚ ਦਿੱਕਤ ਨਾ ਆਵੇ। ਜੀ ਜੀ, ਬਿਲਕੁਲ ਸਹੀ ਗੱਲ ਹੈ। ਸੋ ਸਟੂਡੈਂਟਸ ਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਔਰ ਜਦੋਂ ਇਹਨਾਂ ਫੈਕਟਰਸ 'ਤੇ ਤੁਸੀਂ ਕਿਤੇ ਨਾ ਕਿਤੇ ਅਣਗਹਿਲੀ ਜਾਂ ਗਲਤੀ ਕਰ ਜਾਂਦੇ ਹੋ ਉੱਥੇ ਹੀ ਰੀਜ਼ਨ ਬਣ ਜਾਂਦਾ ਫਿਰ ਉਹ ਰਿਫਿਊਜ਼ਲ ਦਾ। ਸੋ ਤੁਸੀਂ ਜਿੰਨੇ ਵੀ ਸਟੂਡੈਂਟ ਸਾਡੀ ਵੀਡੀਓਜ਼ ਦੇ ਨਾਲ ਜੁੜੇ ਹੋ, ਅਗਰ ਤੁਸੀਂ ਹਾਲੇ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਸਹੀ ਢੰਗ ਨਾਲ ਅੱਗੇ ਵਧਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇੱਥੇ ਮੈਂ ਗੱਲ ਕਰਨਾ ਚਾਹੂੰਗੀ ਗੁਰਪ੍ਰੀਤ ਜੀ, ਅੱਗੋਂ ਆਪਾਂ ਜੈਨ ਇਨਟੇਕ 224 ਦੀ ਗੱਲ ਕਰ ਲਈਏ, ਮਈ ਇਨਟੇਕ ਦੀ ਵੀ ਅੱਗੋਂ ਗੱਲ ਕਰ ਲਈਏ, ਸਟੂਡੈਂਟ ਜਿਹੜੇ ਹਾਲੇ ਅਪਲਾਈ ਨਹੀਂ ਕੀਤਾ ਜਿਨ੍ਹਾਂ ਨੇ, ਉਹਨਾਂ ਲਈ ਕਿੰਨੇ ਕੁ ਅਵੇਲੇਬਲ
पॉसिबिलिटी हले भी नज़र आ रही है जैन विच या मई विच, क्योंकि कुछ स्टूडेंट्स ने तो सितंबर इनटेक लिए भी अप्लाई करना शुरू कर दिता है। इतने तुम स्टूडेंट्स को कहना चाहोगे? हाँ जो जी जनवरी 2024 के लिए अप्रोक्स सीट्स जड़ियाँ कंप्लीट हो चुकी ने, कॉलेजेस बंद हो चुके ने, थोड़े बहुत कॉलेजेस यूनिवर्सिटीज साढ़े को अवेलेबल ने जिद एडमिशन ले जा सकती है। ईवन कि मई ओपन हो गया, सितंबर भी ओपन है, जनवरी 2025 ले भी कुछ कॉलेजेस ने ओपन कर दिता है। समझन की कोशिश करिए उन्होंने सिस्टम नू, वो एवें क्यों कर रहे, क्योंकि असं एडमिशन लैन के बहुत डिले करते सीगे, एडमिशन लैन दे लैके नाल दी नाल असी बिल्कुल टाइमली अप्लाई करते सीगे तां ही इह ओपन किए गए ने इनटेक। हूँ मई इनटेक च बच्चा अपनी ऑफर लैटर मंगा के रख ले, अपलाई भावें जाके जनवरी च कर ले, बट हूँ की कंडीशन यही आ कि हर कॉलेज यूनिवर्सिटी दी कि आपां टाइमली एडमिशन करा सकिए, ता ही उन्होंने ओपन रखे। जनवरी 2025 भी ओपन हो चुका है, तुसी देखो इन्नी जल्दी कभी भी कोई इनटेक नहीं ओपन हुंदा सीगा। इट मीनस किते ना किते सर्वे होया, किते ना किते चीज़ा हुई हैं कि जेड़ियां आपां देखिए कि इन्ने इनटेक ओपन करन दी उन्हां नूं क्यों जरूरत पै गई। वो इसलिए ओपन कर रहे हैं कि बच्चे बिल्कुल टाइम ते आके जदों सीट्स फुल हो जांदियां ने उदों अप्लाई करदे ने, उधरों अंबैसी का भी टाइम निकल जाता, फिर बच्चे अगे अगे डैफर करवाते रहते हैं। तो ये चीज़ मेरे पॉइंट ऑफ व्यू ना, इस चीज़ जज करन तो बाद इनटेक इन्नी जल्दी जल्दी ओपन हो रहे हैं, नहीं इन्नी जल्दी 2025 जनवरी ओपन करन का कोई मतलब नहीं सी। तुहाडे लई फैसिलिटी दे रही है उतों की गवर्नमेंट ता कि तुसीं टाइमली अप्लाई करके टाइमली अपना वीज़ा लैके फ्लाई कर सको। जी बिल्कुल। सो देखो इतने मैं स्टूडेंट्स को जरूर कहना चाहूँगी, जो भी तुसी किसी भी कंट्री लई अप्लाई करने बारे सोचते हो तो उत्ते एक चंगे कंसल्टेंट की गाइडेंस होनी बहुत ही ज़्यादा जरूरी है। सो हुण भी कोई डाउट है तुहाडा तो जरूर जिहड़ा नंबर डिस्प्ले है इस उपर कॉल करके तुसी होर जानकारी जरूर लै सकते हो। जेकर तुसी गुरप्रीत जी को मिलना चाहते हो तो जरूर क्रिएटिव फ्यूचर कंसल्टेंसी के ऑफिस विजिट करो, डॉक्यूमेंट जरूर लैके आइयो ताकि तुहाडी मार्कशीट देखने तो बाद तुहानू सही कोर्सिज बारे गाइड किया जा सके, कित्थे तुसी अप्लाई करो उसके बारे तुहानू सही ढंग समझाया जा सके। बाकी तुसी अपने सवाल साढ़े नाल कमेंट सैक्शन में भी जरूर शेयर कर सकते हो। तो बहुत बहुत थैंक्स गुरप्रीत जी, तुसी बहुत ही खास गल है स्टूडेंट्स नू समझाइया ने ताकि अपने फ्यूचर के बैटरमेंट लिए जो अगे वधना चाहते हैं तो सही कदमों के नाल ही अगे वधन। तो अगों भी असी सारे स्टूडेंट्स लिए होर इनफॉर्मेटिव वीडियोज़ लैके आते रहेंगे। अज लिए सानू दिओ जी इजाजत, थैंक यू सो मच। थैंक यू जी।